ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਦੇ ਦਿਹਾੜੇ ਤੇ ਸਮੂਹ ਸੰਗਤਾਂ ਨੇ ਰਲ ਕੇ ਇਸ ਜਗ੍ਹਾ ਦੇ ਉੱਤੇ ਗਰਮ ਜਲ, ਗੁਲਾਬੀ ਦੇਸੀ ਕਾਹਵਾ ਏ, ਨਾਲ ਗੁੜ ਗੁਆਲਾ ਕੜਾਹ। ਵੱਡਾ ਲੰਗਰ ਦਾ ਇੱਥੇ ਇੰਤਜ਼ਾਮ ਕਰਵਾਇਆ ਹੈ। ਇੱਥੇ ਜੀ ਗਰਮ ਕਾਹਵੇ ਦਾ ਲੰਗਰ ਚੱਲ ਰਿਹਾ ਹੈ, ਗੁਲਾਬੀ ਚਾਹ ਦਾ ਲੰਗਰ ਚੱਲ ਰਿਹਾ ਹੈ। ਕੱਲ੍ਹ ਕੁਛ ਹੋਰ ਵੀ ਨੌਜਵਾਨ ਨੇ ਜਿਹੜੇ ਹੈਗੇ ਮੌਜੂਦ ਨੇ। ਤਾਂ ਜੀ ਵਾਹਿਗੁਰੂ ਜੀ, ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਜਿੱਦਾਂ ਸੇਵਾ ਤੁਸੀਂ ਕਰਾ ਰਹੇ ਹੋ, ਵੱਖ ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਇੱਕੋ ਜਗ੍ਹਾ ਤੇ ਛਕਾਏ ਜਾ ਰਹੇ ਨੇ, ਤਾਂ ਜੇਕਰ ਗੱਲ ਕਰ ਲਈਏ ਕਿ ਜੇਕਰ ਸਮੱਗਰੀ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਗਈ ਸਾਰੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਦਿਨ ਭਾਗਾ ਹੋਣਾ, ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੀਆਂ ਸਾਰੀ ਸੰਗਤਾਂ ਖੁਸ਼ੀਆਂ ਮਨਾ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਮੌਜੂਦ ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਬਾਹਰ, ਤੇ ਦੱਸ ਦਈਏ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਜੋ ਆ ਲੱਖਾਂ ਦੀ ਤਦਾਦ ਦੇ ਉੱਤੇ ਜੋ ਸੰਗਤ ਜੋ ਗੁਰੂ ਘਰ ਆ ਕੇ ਨਤਮਸਤਕ ਹੋ ਰਹੀ ਆ, ਤੇ ਨਾਲ ਦੀ ਨਾਲ ਕਈ ਸੰਗਤਾਂ ਵੱਲੋਂ ਜੋ ਆ ਗੁਰੂ ਕੇ ਪਿਆਰਿਆਂ ਵੱਲੋਂ ਜਿਹੜੇ ਲੰਗਰਾਂ ਦੀ ਸੇਵਾ ਵੱਖ ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹਨਾਂ ਵੱਲੋਂ ਲਗਾਏ ਗਏ ਨੇ, ਤੇ ਇਸ ਵਕਤ ਜਿਸ ਲੰਗਰ ਦੇ ਉੱਤੇ ਆਪਾਂ ਮੌਜੂਦ ਹੈਗੇ ਆ, ਇੱਥੇ ਜੋ ਆ ਵੱਖ ਵੱਖ ਤਰ੍ਹਾਂ ਦੇ ਇੱਕੋ ਜਗ੍ਹਾ ਤੇ ਲੰਗਰ ਵੇਖਣ ਨੂੰ ਮਿਲ ਰਹੇ ਨੇ। ਜਿੱਥੇ ਗੱਲ ਕਰ ਲਈਏ ਚਾਹ ਦੀ, ਉੱਥੇ ਹੀ ਗੱਲ ਕਰ ਲੈਂਦੇ ਆ ਗੁੜ ਵਾਲੇ ਕੜਾਹ ਦੀ, ਤੇ ਨਾਲ ਦੀ ਨਾਲ ਜੋ ਨਿਊਟਰੀ ਵਾਲੇ ਚੌਲਾਂ ਦੀ। ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜੋ ਜਿਹੜੇ ਸੇਵਾਦਾਰ ਨੇ ਇੱਥੇ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਨੇ। ਤਾਂ ਆਪਾਂ ਗੱਲ ਵੀ ਜ਼ਰੂਰ ਕਰਦੇ ਹਾਂ ਕਿ ਕੁਛ ਜੋ ਅੱਜ ਲੰਗਰ ਦੇ ਵਿੱਚ ਵਰਤਾਇਆ ਜਾ ਰਿਹਾ। ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਦੇ ਦਿਹਾੜੇ ਤੇ ਸਮੂਹ ਸੰਗਤਾਂ ਨੇ ਰਲ ਕੇ ਇਸ ਜਗ੍ਹਾ ਦੇ ਉੱਤੇ ਗਰਮ ਜਲ, ਗੁਲਾਬੀ ਦੇਸੀ ਕਾਹਵਾ ਏ, ਨਾਲ ਗੁੜ ਗੁਆਲਾ ਕੜਾਹ ਪ੍ਰਸ਼ਾਦ, ਨਾਲ ਬਿਰਿਆਨੀ ਜੋ ਨਮਕੀਨ ਚੌਲ ਨੇ, ਹੋਰ ਨਾਲ ਰੁਮਾਲੀ ਰੋਟੀ, ਨਾਲ ਪ੍ਰਸ਼ਾਦਾ, ਨਾਲ ਦਸਤਾਰਾਂ ਦਾ ਲੰਗਰ, ਇਹ ਸਾਰਾ ਇੱਥੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ। ਬਿਲਕੁਲ ਤੁਸੀਂ ਵੇਖ ਸਕਦੇ ਹੋ, ਤੇ ਸਾਡੇ ਨਾਲ ਇੱਥੇ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਤਾਂ ਜੀ ਵਾਹਿਗੁਰੂ ਜੀ, ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਜੋ ਅੱਜ ਲੰਗਰ ਲਗਾਇਆ ਗਿਆ, ਤਾਂ ਜੇ ਗੱਲ ਕਰ ਲਈਏ ਚੌਲਾਂ ਦੀ, ਤਾਂ ਜਾਂ ਉੱਥੇ ਗੱਲ ਕਰ ਲਈਏ ਚਾਹ ਦੀ ਵੀ, ਦੇਸੀ ਚਾਹ ਜਿਹੜੀ ਲਗਾਈ ਗਈ ਆ ਨਾਲ ਗੁੜ ਦਾ ਕੜਾ, ਤਾਂ ਕਿੰਨੇ ਕੁ ਵੱਡੇ ਪੱਧਰ ਤੇ ਜੋ ਇਹ ਸਮੱਗਰੀ ਜਿਹੜੀ ਇਕੱਠੀ ਕੀਤੀ ਗਈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਦੀ, ਇੰਨੀ ਕਮਾਈ ਆ, ਉਹ ਤੋਂ ਵੱਧ ਕਮਾਈ ਉਹਨਾਂ ਦੀ ਸੰਗਤਾਂ ਦੀ ਆ ਜਿਨ੍ਹਾਂ ਨੇ ਐਡਾ ਵੱਡਾ ਲੰਗਰ ਦਾ ਇੱਥੇ ਇੰਤਜ਼ਾਮ ਕਰਵਾਇਆ ਹੈ। ਇੱਥੇ ਜੀ ਗਰਮ ਕਾਹਵੇ ਦਾ ਲੰਗਰ ਚੱਲ ਰਿਹਾ ਹੈ, ਗੁਲਾਬੀ ਚਾਹ ਦਾ ਲੰਗਰ ਚੱਲ ਰਿਹਾ ਹੈ, ਰੁਮਾਲੀ ਰੋਟੀ ਨਾਲ ਭਾਜੇ ਦਾ ਲੰਗਰ ਚੱਲ ਰਿਹਾ ਹੈ, ਨਾਲ ਸੰਗਤ ਜੀ ਬਿਰਿਆਨੀ ਚੌਲਾਂ ਦਾ ਲੰਗਰ ਚੱਲ ਰਿਹਾ ਹੈ। ਅਸੀਂ ਚੰਡੀਗੜ੍ਹ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਮਹਾਰਾਜ ਦੇ ਦਰ 'ਤੇ, ਦਰ ਦੇ ਕੁੱਕਰ, ਦਰ ਦੇ ਕੋਲੇ ਸੇਵਾ ਕਰਨ ਆਏ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਡੀਗੜ੍ਹ ਤੋਂ ਸਪੈਸ਼ਲ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਆਏ ਹੋ? ਹਾਂਜੀ ਬਿਲਕੁਲ ਜੀ, ਮੈਂ ਬਾਬਾ ਜੀ ਦੇ ਦਰ 'ਤੇ ਸੇਵਾ ਕਰਨ ਆਇਆ, ਵੀ ਅਸੀਂ ਪਾਪੀ ਹਾਂ, ਸ਼ੈਨ ਸਾਡੇ ਪਾਪ ਧੋਤੇ ਜਾਣ ਜੀ। ਸਾਡੇ ਨਾਲ ਕੁਛ ਹੋਰ ਵੀ ਨੌਜਵਾਨ ਨੇ ਜਿਹੜੇ ਹੈਗੇ ਮੌਜੂਦ ਨੇ। ਤਾਂ ਜੀ ਵਾਹਿਗੁਰੂ ਜੀ, ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਜਿੱਦਾਂ ਸੇਵਾ ਤੁਸੀਂ ਕਰਾ ਰਹੇ ਹੋ, ਵੱਖ ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਇੱਕੋ ਜਗ੍ਹਾ ਤੇ ਛਕਾਏ ਜਾ ਰਹੇ ਨੇ, ਤਾਂ ਜੇਕਰ ਗੱਲ ਕਰ ਲਈਏ ਕਿ ਜੇਕਰ ਸਮੱਗਰੀ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਗਈ ਸਾਰੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਦਿਨ ਭਾਗਾ ਹੋਣਾ, ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੀਆਂ ਸਾਰੀ ਸੰਗਤਾਂ ਖੁਸ਼ੀਆਂ ਮਨਾ ਰਹੀਆਂ। ਰਾਤ ਦਾ ਲੰਗਰ ਤਿਆਰੀ, ਰਾਤ ਦੇ ਲੰਗਰ ਦੀਆਂ ਤਿਆਰੀਆਂ ਕਰਦੇ ਪਏ ਹਾਂ, ਪਰ ਬੜੀ ਖੁਸ਼ੀ ਆ, ਰਾਤ ਸਾਨੂੰ ਨੀਂਦ ਵੀ ਨਹੀਂ ਆਈ ਕਿਉਂਕਿ ਇੰਨੀ ਖੁਸ਼ੀ ਚੜ ਗਈ ਆ ਕਿ ਐਡਾ ਵੱਡਾ ਬਾਬਾ ਜੀ ਦਾ ਦਿਨ ਆ, ਤੇ ਜੇ ਸੋ ਗਏ ਤੇ ਕੀ ਪਤਾ ਮੁੜ ਕੇ ਸੁੱਤੇ ਰਹਿ ਜਾਈਏ। ਇਸ ਕਰਕੇ ਸਾਡਾ ਧਿਆਨ ਹੀ ਨਹੀਂ ਸੌਣ ਵੱਲ ਕਿ ਬਾਬਾ ਜੀ ਦੀਆਂ ਖੁਸ਼ੀਆਂ ਲੈ ਕੇ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਵਾ,
ਦਸਤਾਰਾਂ ਦਾ ਵੀ ਲੰਗਰ ਲਾਇਆ ਵਾ। ਦਸਤਾਰਾਂ ਦਾ ਲੰਗਰ ਤਾਂ ਲਾਇਆ ਵਾ ਕਿ ਜਿਹੜੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਆ ਗਲਤ ਰਸਤੇ ਜਾ ਰਹੀ ਆ, ਉਹਨਾਂ ਵਾਸਤੇ ਦਸਤਾਰਾਂ ਦਾ ਲੰਗਰ ਲਾਇਆ ਵਾ, ਨਾਲੇ ਸਰਟੀਫਿਕੇਟ ਦੇ ਰਹੇ ਹਾਂ ਕਿ ਤੁਸੀਂ ਇਹ ਅੱਜ ਤੋਂ ਮਨ 'ਚ ਪ੍ਰਣ ਕਰ ਲਓ ਕਿ ਮੈਂ ਕੇਸ ਨਹੀਂ ਕਟਾਵਾਂਗਾ, ਮੈਂ ਦਾਰਾ ਨਹੀਂ ਕਟਾਵਾਂਗਾ। ਅਤੇ ਬੜੀ ਕਿਰਪਾ ਸਤਿਗੁਰ ਦੀ, ਘੱਟੋ ਘੱਟ ਨਹੀਂ ਤਾਂ ਹੁਣ ਤੱਕ 2 ਘੰਟੇ 1.5 ਘੰਟਾ ਹੋ ਗਿਆ ਵਾ, 50 ਕੁ ਬੱਚੇ ਆ ਚੁੱਕੇ ਸਾਡੇ ਕੋਲ ਜਿਨ੍ਹਾਂ ਨੇ ਮਨ 'ਚ ਪ੍ਰਣ ਕਰ ਲਿਆ ਵਾ ਕਿ ਅਸੀਂ ਕੇਸ ਰੱਖਣੇ ਰੱਖਣੇ ਅਤੇ ਦਾਰਾ ਰੱਖਣੇ ਰੱਖਣਾ ਵਾ। ਦੇ ਨਾਲ ਨਾਲ ਜਿਹੜਾ ਇਹ ਸਮੱਗਰੀ ਆ, ਜੇ ਗੱਲ ਕਰ ਲਈਏ ਕਿ ਜਿੱਦਾਂ ਨਿਊਟਰੀ ਵਾਲੇ ਚੌਲ ਹੋ ਗਏ ਜਾਂ ਗੁੜ ਦਾ ਕੜਾਹ ਹੋ ਗਿਆ ਜਾਂ ਚਾਹ ਹੋ ਗਈ, ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਗਈ ਕਿਹਦੇ ਨੌਜਵਾਨਾਂ ਵੱਲੋਂ? ਇਹ ਜੀ ਸੰਗਤ ਦੀ ਬਹੁਤ ਵੱਡੀ ਸੇਵਾ ਵਾ, ਸੰਗਤ ਆਪੇ ਹੀ ਸਾਨੂੰ ਸਹਿਯੋਗ ਦੇਈ ਜਾਂਦੀ ਆ। ਇੱਧਰੋਂ ਚਾਹ ਦਾ ਵੀ ਲੰਗਰ ਤਿਆਰ ਆ, ਗੁੜ ਵੀ ਤਿਆਰ ਆ, ਚੌਲ ਵੀ ਤਿਆਰ ਆ, ਨਮਕੀਨ ਚੌਲ ਵੀ ਤਿਆਰ ਆ, ਸਾਰਾ ਕੁਛ। ਮਤਲਬ ਬਾਬਾ ਜੀ ਦੀ ਕਿਰਪਾ ਨਾਲ ਸੰਗਤ ਸਾਨੂੰ ਆਪੇ ਹੀ ਸਹਿਯੋਗ ਦੇ ਰਹੀ ਆ ਅਤੇ ਸੰਗਤ ਦੀ ਸਹਿਯੋਗ ਨਾਲ ਹੀ ਸਾਰਾ ਲੰਗਰ ਚਾਲੂ ਕੀਤਾ ਗਿਆ ਜੀ। ਤਾਂ ਜੀ ਬਿਲਕੁਲ, ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ, ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ। ਤਾਂ ਉਸਦੇ ਨਾਲ ਨਾਲ ਤੁਹਾਨੂੰ ਹੋਰ ਵੀ ਜਿਹੜੀ ਸੇਵਾ ਜਿਹੜੀ ਇੱਥੇ ਹੈਗੀ ਆ, ਉਹ ਵੀ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਨੇ, ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਕਿਤੇ ਨਾ ਕਿਤੇ ਜੇ ਗੱਲ ਕਰ ਲਈਏ ਕਿ ਗੁੜ ਦੇ ਕੜਾਹ ਦੀ, ਅਤੇ ਉਸਦੇ ਨਾਲ ਨਾਲ ਜੇ ਗੱਲ ਕਰ ਲਈਏ ਕਿ ਜੋ ਨਿਊਟਰੀ ਚੌਲ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਆ, ਤਾਂ ਸੰਗਤਾਂ ਵੱਲੋਂ ਕਾਫੀ ਵੱਡੇ ਪੱਧਰ ਦੇ ਉੱਤੇ ਇਕੱਠੇ ਹੋ ਕੇ ਇੱਥੇ ਆਇਆ ਗਿਆ ਅਤੇ ਅੱਜ ਇੱਥੇ ਆ ਕੇ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਹੈ।